हाँ जी सत श्री अकाल जी, थोनों सारे नूं थोड़ा नवें ब्लॉग ते स्वागत है। तो कणक मित्र जमा पक्की हुई है, तो थंबनेल भी तुसी देख ही लिया होना। अज तो हुण बजे ने हजे 5 बजे ने हजे शाम के, 6 बजे का टाइम दिता हुआ कंबाइन वाले ने, तो 6 बजे वो आऊगा, तो फिर देखते हैं की बनता की नहीं। तो लागां लुगां लबड़ी उन्होंने वड्डियां हुई पहले ही, सारा कुछ रेडी किया हुआ, कोई टेंशन वाली गलबात नहीं। रात को असी ज़्यादा रात को ही बढ़ते हैं, कणक कुंडियां पूरी पई हुई, झाड़ इस बार कह रहे हैं सब दे घट ही है, सो अगे पता लगेगा भी की हिसाब किताब जिवें जिवें चलूगा कम। ये पिछला व्लॉग ठीक रहा। ओके हाँ जी भाई, किदन लगनी है मशीन अज आऊगी? बस कल बनानी है, दोपहर के बाद तूड़ी तूड़ी तो कल बनानी है। मशीन मशीन आ रही है कणक बढ़ने वाली है। चलो आ माड़ी जी, छतरी कसनी है, छतरी ढिली है बहुत ज्यादा। लो भाई जसमन ने कढ़ लिया ट्रैक्टर, तो हुण रवांगे टाला, होका हक पाती सारा कुछ रेडी करता। निकले नी हजे, चक्यो घुमा के निकलूगा मल ये। आ गया आ गया, बाहर नवा नट लिया, लॉक वाला नट लिया नवा वधिया जा, अंदरों चक के पुठे काम कर दे। ਹੋਰ ਸੇਵਾ ਦੱਸੋ ਬਾਈ ਸਾਹਿਬ। ਓਕੇ ਅੱਜ ਅਸੀਂ ਲੱਗੇ ਹਾਂ ਕਣਕ ਵੱਢਣ, ਤਾਂ ਘਰੇ ਦੀਏ। ਲੋ ਬਾਈ ਮੁੰਡੇ ਦੇਖ ਲਓ ਧਿਆਨ ਦੇ ਨਾਲ ਸਾਰੇ, ਬਾਦ ਕੀ ਹਿਸਾਬ ਤਾਵਾ ਕਣਕ ਦਾ ਮੜਾ ਦੱਸ। ਝਾੜ ਕਣਕ ਦਾ ਝਾੜ ਚੂੜੀ ਸਾਲ ਨਹੀਂ ਹੈ ਬਾਈ ਜੀ, ਹਾਂ ਆਪਣੇ ਫਤਿਹਗੜ੍ਹ ਜ਼ਿਲ੍ਹਾ 'ਚ ਤਾਂ ਹੈ ਨਹੀਂ, ਬਾਕੀ ਫਤਿਹਗੜ੍ਹ ਗੁਰਦੁਆਰਾ ਸਾਹਿਬ ਟੱਪ ਕੇ ਪੜੇ, ਜਿਕਣ ਕਲੌਂਦੀ ਹੋ ਗਿਆ, ਬੱਸੀ ਹੋ ਗਿਆ, ਖੇੜੀ ਹੋ ਗਿਆ, ਇਧਰ ਜੰਡਾਲੀ ਪਿੰਡ ਕੰਨੀ ਦੇ ਤਾਂ ਝਾੜ ਦੱਸ ਨਹੀਂ ਸਕਦੇ, ਪਰ ਆਪਣੀ ਨਵੀਂ ਸਰਾਂ ਤੇ ਪੁਰਾਣੀ ਸਰਾਂ ਦੇ ਲਈ ਸਾਰੇ ਦੱਸਦੇ ਆ, ਝਾੜ ਨਹੀਂ ਹੈਗਾ ਬਾਈ। ਕੱਲ ਇੱਕ ਬੰਦੇ ਨੇ ਕਣਕ ਵੱਢਿਆ 10 ਕਿੱਲੇ, ਮਾਤਰਮ 62 ਕੁਇੰਟਲ ਕਣਕ ਦਾ ਹੋਇਆ, 10,000 ਹੋਇਆ ਯਾਰ, ਕਿਆ ਕਰੂਗਾ ਬੰਦਾ, ਨਾਲੇ ਨਾਲ ਇੰਨੀ ਤਗੜੀ ਨਾਲ ਜੇ ਵੀ ਬਣਾਵੇ ਤਾਂ 4-4.25 ਕਿੱਲੇ ਦੇ ਨਿਕਲੂਗਾ, ਮਤਲਬ ਕਿ ਲਾਂਘਾ ਇੰਨਾ ਤਗੜਾ ਹੈ। ਚਲੋ ਵਜਨ ਕਢਾਇਆ 62 ਕੁਇੰਟਲ ਹੋਇਆ, 10 ਕਿੱਲਿਆਂ 'ਚੋਂ 10 ਕਿੱਲੇ 'ਚ ਲੈ ਤੂੰ ਯਾਰ ਉਹਨੂੰ ਪੁੱਛੀ ਤੂੰ ਕਿਆ ਨਾਮ ਆ, ਇਹਨਾਂ ਨੇ ਵੱਡੀ ਆ ਆ ਮਚਲੇ ਉਹਨਾਂ ਦੇ ਵੱਡੇ ਆ ਯਾਰ, 10 ਕਿੱਲਿਆਂ ਜੋ 62 ਕੁਇੰਟਲ 62 ਕੁਇੰਟਲ 10×60 1 ਕਿੱਲੇ ਦਾ 6 ਕੁਇੰਟਲ ਉਹ ਹੋਇਆ, ਤੇ ਉਹਦੇ ਬਾਅਦ 2 ਕੁਇੰਟਲ ਨੂੰ ਡਿਵਾਈਡ ਕਰ ਲਾ 10 ਉੱਤੇ। ਪਤਾ ਨਹੀਂ ਹੁਣ ਸਹੀ ਬੋਲਦਾ ਪਤਾ ਨਹੀਂ ਕਿਆ, ਮੈਂ ਤਾਂ ਬਾਈ ਮੈਂ ਸਹੀ ਬੋਲ ਰਿਹਾ ਬਾਈ ਜੀ, ਹਾਂ ਜੇ ਤੁਹਾਡੀ ਤੁਸੀਂ ਜੇ ਖਾਨਪੁਰ ਵਾਲੇ ਦੇਖਦੇ ਆ ਤਾਂ ਜ਼ਰੂਰ ਪੁੱਛ ਲਿਓ। ਬਸ ਠੀਕ ਆ, ਇਸਕਾ ਵੀਡੀਓ ਬਣਾਉਣਾ ਹੈ, ਦਿਖਾਓਗੇ ਕੋਈ ਚੀਜ਼ ਜਲਬਾ ਜੁਲਬਾ ਦਿਖਾਓ ਤਾਂ ਹੀ ਵੀਡੀਓ ਬਣਾਉਣ ਦਾ ਫਾਇਦਾ ਹੋਊਗਾ। ਉਹ ਆਇਆ ਲਵਲੀ, ਆ ਗਈ ਕੰਬਾਈਨ, ਲਓ ਬਾਈ ਜੀ ਕੰਬਾਈਨ ਆ ਗਈ ਫਾਈਨਲੀ
किसान नूं इस दिन की बहुत वेट होंदी आ। सो फाइनली कंबाइन आ गई। हाँ जी मेरे आ कंबाइन है बलजीत अंकल उन्हां दी, ओह खड़े आ ते 10 किले आ कंबाइन नाल बढ़ाउणे ने, बाकी सारी अपनी जिहड़ी कंबाइन आ दूजी पक्की कंबाइन आ अपनी परसनल ते गोगे अंकल वाली ओह नाले आ जूगी जत्ता कैंपी तों, बाकी सारी उन्होंने वढ़नी। मतलब जी अज्जी रात लाउणी अज्ज बस आही आ कंबाइन आही ब्लॉगां दे विच देखण नूं मिलगी। अगले ब्लॉगां दे विच जिहड़ी अपनी पक्की कंबाइन आ परसनल विशाल आ जां अपनी विशाल आ, हाँ जी दूजी ते अपनी जिहड़ी विशाल कंबाइन आ उही पक्की आऊगी। ਚਾਚੇ ਦੇਖੀ ਦਾਣੇ ਤਾਂ ਨਹੀਂ ਗੇਰ ਦੀ ਮਸ਼ੀਨ ਕਰਦੇ ਮਾੜੀ ਸਿਫਤ ਦੇਖੋ ਰੇ ਫੂਕ ਮਾਰਦੇ ਮੇਰੇ ਜਰਦਾ ਪਾਇਆ ਵਾ ਮੂੰਹ ਹੈ ਦਾਣਾ ਕੋਈ ਨਾ ਦਿਖਾ ਦੇ ਲਾਉਰੇ ਆ ਜਾ ਜੀਰੀ ਨਹੀਂ ਗਿਰਨ ਦਿੰਦੇ ਅਸੀਂ ਯਾਰ ਨਾ ਜਿਵੇਂ ਚਾਚੇ ਨੇ ਚਾਚੇ ਦਾ ਤੇਰ ਬਾਪ ਦਾ ਬਾ ਠੀਕ ਆ ਓਕੇ ਆ दोबारा देख ला क्या वढ़ रहे हैं है? सोच ला जीरी बढ़ रहे हैं कणक बढ़ रहे हैं कणक जीरी बढ़ रहे हैं कणक बढ़ रहे हैं कणक पहला तो जीरी का तो कहता था हैं मैं भूल गया थी ला भाई लवली लड्डू जक तो हां लो भाई जी न्याणे भी लड्डू खा रहे ने हां मीत से पहले बिजी हुई है कच्चे होर ਫਾਕਤਾ ਮਾਰਦੇ ਬੰਦਿਆਂ ਨੂੰ ਆ ਗਿਆ ਇੱਕ ਹੋਰ ਹੈ ਹੌਰਨ ਹੁਰਨ ਠੀਕ ਆ ਝਾੜ ਵੱਜ ਗਿਆ ਹੌਰਨ ਹਜੇ ਹੈ ਕਹਿੰਦੇ ਹੌਰਨ ਨਹੀਂ ਵੱਜ ਰਹੇ ਐਕਟਿੰਗ ਮਸ਼ੀਨਾਂ ਦੇ ਹੈ ਨੈਟ ਪਰ ਬਹੁਤ ਚੱਲ ਰਿਹਾ ਬਾਈ ਹੁਣ ਤਾਂ ਹੌਰਨ ਮਾਰ ਦੇ ਹੈ ਨਾ ਬਾਈ ਹੁਣ ਤਾਂ ਹੌਰਨ ਮਾਰ ਦੇ 20 ਕੁਇੰਟਲ ਦਾ ਟੈਂਕ ਆ ਜੀ ਇਹਦਾ ਕਿ ਘੱਟਦਾ ਹੋਊਗਾ ਕਿੰਨੇ ਦਾ बरसीन आला था बगे आए तो दो गेड़े होर आने मेनू भी लग्या लाउरे ते लगदा ही आ कि कणक वड्डी नहीं होई ठीक ठीक है बाकी क्लियर हो गया हजे मार ही नहीं थी ਭਾਈ ਜੀ ਹਨੇਰਾ ਹੋਣ ਲੱਗ ਗਿਆ ਤਕਰੀਬਨ ਅਤੇ ਹੁਣ ਕੰਬਾਈਨ ਵੀ ਹੌਲੀ ਹੋ ਗਈ ਅਤੇ ਜਿਵੇਂ ਕਹਿ ਦਈਏ ਵੀ ਤੂੜੀ ਮਤਲਬ ਤੂੜੀ ਕਰਕੇ ਅਸੀਂ ਜ਼ਿਆਦਾ ਰਾਤ ਨੂੰ ਬਣਾਉਂਦੇ ਹਾਂ
ਵੀ ਰਮਨਾ ਵੀ ਆ ਗਿਆ ਆ ਕਹਿੰਦੇ ਕੌਣ ਆ ਗਿਆ ਆ ਕਹਿੰਦੇ ਰਮਨਾ ਆ ਗਿਆ ਮੱਛਰ ਹੈਗਾ ਹੀ ਬਹੁਤ ਓਡੋਮੋਸਲੇ ਓਨਾ ਯਾਰ ਇਹ ਹੋਰ ਦਵਾਈ ਭਾਲ ਰਹੇ ਕੋਈ ਚਾਹੀਦਾ ਕਿ ਨਹੀਂ ਰਮਨਾ ਦੱਸ ਪਾਜਾ ਭਰਾ ਲਾ ਹੁਣ ਫਿਰ ਕਹਿੰਦੇ ਹੋਰਨ ਹੀ ਵੱਧ ਹੁਣ ਹੋਰਨ ਮਰੀ ਜਾਂਦਾ ਫੁੱਲ ਹੋਰਨ ਵੱਜ ਰਿਹਾ ਬਰੋ ਗਾਹ ਨਿਬੜ ਗਿਆ ਵੀ ਹਨੇਰਾ ਹੋ ਗਿਆ ਬਾਬੇ ਅੱਜ ਹਨੇਰੇ ਚ ਵਲੌਗ ਬਣਾਉਣਾ ਆਪਾਂ ਸਾਰਾ ਹੁਣ ਗਾਦਾ ਬਹੁਤ ਹੋਇਆ ਮੱਛਰ ਬਹੁਤ ਜ਼ਿਆਦਾ ਬਾਈ ਮਾੜਾ ਜਿਹਾ ਰਹਿ ਰਿਹਾ ਹਜੇ ਵੱਢਣ 'ਤੇ ਮਾੜੇ ਵਿੱਚ ਟੈਂਕ ਮੈਨੂੰ ਲੱਗਦਾ ਪੂਰਾ ਫੁੱਲ ਹੋ ਗਿਆ ਹੁਣ ਲੋ ਜੀ ਚਲਾ ਤੁਹਾਨੂੰ ਲੋ ਬਾਈ ਜੀ ਇੱਧਰਲਾ ਘੇਰਾ ਵੱਢ ਲਿਆ ਹੁਣ ਇੱਧਰਲੇ ਘੇਰੇ ਦੇ ਵਿੱਚ ਕੰਬਾਈਨ ਵਾੜਾਂਗੇ ਲੋ ਬਾਈ ਘੁੰਮ ਕੇ ਆ ਰਹੇ ਨੇ ਹੁਣ ਇੱਧਰ ਨੂੰ ਜੇ ਕੌਣ ਆਇਆ ਲੋ ਬਾਈ ਚੱਲੀ ਜਾਂਦਾ ਕੰਮ ਅਜੇ 8 ਕੁ ਵਜੇ ਆ ਰਾਤ ਦੇ ਨਾ ਨਾ ਹੁਣ ਲੱਗੇ ਪਏ ਆ ਗਏ ਮੇ ਚਾਚੇ ਕਮੈਂਟ ਆ ਗਈ ਉੱਪਰ ਨੂੰ ਘੁੰਮ ਕੇ ਮਸ਼ੀਨ ਦੇ ਨਾਲ ਨਾਲ ਪਹਿਲਾ ਗੇੜਾ ਇੱਕ ਨਾਲ ਬਸ ਲਾ ਕੇ ਦੂਏ ਵੀਰੀ ਬਹਿ ਜਾਓ ਬਸ ਵਿਹਲੇ ਐਂ ਹੁੰਦਾ ਜਿਹੜੇ ਬਲ ਰਹਿ ਗਈ ਵਿੱਚ ਸੜ ਦੋ ਬਸ ਚੱਲ ਐਂ ਤਾਂ ਹਾਂ ਇਹ ਪ੍ਰੋਗਰਾਮ ਰਾਤ ਦਾ ਹੀ ਬਣੂਗਾ ਜ਼ਿਆਦਾ ਆ ਖੜੇ ਆ ਤਾਂ ਬਾਈ ਬਾਹਰ ਤਾਂ ਮੱਛਰ ਬਹੁਤ ਆ ਜਾਂ ਬਹਿ ਜਾ ਅੰਦਰ ਹੀ ਦੋ ਚਾਰ ਸੁਣ ਲਾ ਦੋ ਚਾਰ ਸੁਣਾ ਦੇ ਆ ਜਾਓ ਬਾਈ ਫਿਰ ਲਿਓ ਅੱਜ ਤਾਂ ਮੈਨੂੰ ਲੱਗਦਾ ਵਲੌਗ ਰਾਤ ਵਾਲਾ ਨਾਈਟ ਵਲੌਗ ਬਣਾ ਲੈਣਾ ਆ ਜਾਓ ਅਸੀਂ ਸਾਰ ਲਓ ਬਚਾ ਕੇ ਸਾਰ ਲਾ ਬਚਾ ਕੇ ਟੈਂਕੀ ਦਾ ਬਹੁਤ ਉੱਚੀ ਆ ਚੱਲ 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 ਆਹ ਨਾ ਲੱਗਦੇ
ਵਾਲੇ ਡਰਾਈਵਰ ਕਹਿੰਦੇ ਦੇਖਣਾ ਸੀ ਏਸੀ ਦਾ ਝਟਕਾ ਵੀ ਕਿੰਨੀ ਠੰਡ ਹੁੰਦੀ ਜੀ ਚੜਾਉਂਦਾ। ਘੱਟਾ ਬਾਬੇ ਹੋਲਾ ਝਾੜ ਇਸ ਵਾਰ ਹੈਗਾ ਘੱਟ ਬਾਈ, ਇਹ ਗੱਲ ਪੂਰੀ ਮੰਨਣੀ ਪੈਣੀ ਆ। ਚੱਲ ਭਰ ਗਿਆ ਉਹ ਵੀ ਡੌਲ ਆ ਗਈ ਬਾਬੇ ਡੌਲ। ਛੱਡਣਾ ਤੀ ਕਰਦਾ ਹੀ ਬਹੁਤ ਉੱਡ ਰਿਹਾ। ਮੈਂ ਲਵਲੀ ਦੇਖੀ ਆ, ਮੈਂ ਇੰਨੇ ਬੰਦੇ ਆ ਗਏ, ਤੂੜੀ ਵਾਲੇ ਸਾਰੇ ਚੱਕ ਲਿਆ ਆ। ਮੈਂ ਸਾਰੇ ਨੂੰ ਲਿਆ, ਮੈਂ ਕਿਹਾ ਚਲੋ ਕੰਮ ਆ। ਮਸ਼ੀਨ ਤੇ ਤੁਰਨੀ ਹੋ ਰਿਹਾ, ਇੰਨੀਆਂ ਢੇਰੀਆਂ ਲਾ ਦੀਆਂ ਇਹਨਾਂ ਨੇ ਕੱਟ ਕੱਟ ਕੇ ਉਹਦੇ ਚ। ਇਹ ਫਾਇਦਾ ਬਹੁਤ ਆ, ਜਿਹੜੀ ਪਹਿਲਾਂ ਤੁਸੀਂ ਕੱਟ ਲਾਗਾਂ ਬੜ ਟਰਾਈ ਸਾਹਮਣੇ ਤੂੜੀ ਦਾ ਉਹ ਜਿਹੜਾ ਦੂਆ ਤਾਂ ਪਤਾ ਨੀ ਉਹਨੂੰ ਨੀਂਦ ਆ ਗਈ, ਪਤਾ ਨੀ ਕਿਆ ਹੋ ਗਿਆ, ਫਾਂਟੇ ਛੱਡਦਾ ਜਾਈ ਗਿਆ, ਫਿਰ ਦੁਬਾਰਾ ਮੁੜ ਕੇ ਆ ਗਿਆ। ਮੈਨੂੰ ਲੱਗਦਾ ਅੱਖ ਲੱਗ ਗਈ ਹੋਣੀ ਉਹਦੀ। ਕਿਆ ਹੋ ਗਿਆ, ਫੋਨ ਕਿੱਥੇ ਆ ਤੇਰਾ? ਉਹ ਅੰਦਰ ਆ, ਨਿਆਣੇ ਹੁਣੀ ਸੀਰੀਅਲ ਦੇਖ ਰਹੇ ਆ। ਡਿਚ ਖਰਾਬ ਹੋ ਗਿਆ? ਹਾਂ ਚੱਲ ਲਾਇਆ ਤਾਂ ਠੀਕ ਹੈ, ਕਹਿੰਦਾ ਅੱਜ ਆ ਰਿਹਾ। ਮੈਂ ਉਹਨੂੰ ਰੋਟੀ ਬਾਰੇ ਦੱਸ ਕਿਆ ਕਹਿੰਦਾ, ਮੈਂ ਕਹਿੰਦਾ ਵੀ ਸਵੇਰ ਦੀ ਰੋਟੀ ਰੱਜ ਕੇ ਖਾ ਲਵੇ, ਦੁਪਹਿਰ ਦੀ ਖਾ ਲਵੇ। ਨਾ ਨਾ, ਰੋਟੀ ਤਾਂ ਬਾਈ ਰਾਤ ਦੀ ਰੋਟੀ ਸਰੀਰ ਨੂੰ ਲੱਗਦੀ ਆ। ਹਾਂ ਦਿਨ ਚ ਤਾਂ ਖਾ ਕੇ ਬਸ ਬੰਦਾ ਤੂੜ ਤਾੜ ਕੇ ਭੱਜ ਜਾਂਦਾ, ਤਾਂ ਗੈਪ ਹੋ ਜਾਂਦੀ ਆ ਨਾ। ਰਾਤ ਦੀ ਰੋਟੀ ਖਾਣ ਤੇ ਬਾਅਦ ਇੱਕ ਗਿਲਾਸ ਦੁੱਧ ਪੀਵੇ, ਬਦਾਮ ਉਦਾਮ ਪਾ ਕੇ। ਹਾਂ ਛੋਟ ਮੂਵੀ ਜੀ ਬਣਾ ਲਈਏ, ਬਣਾ ਲਓ ਹੈ ਨਾ, 15 ਕੁ ਮਿੰਟ ਦੀ, ਜਿਵੇਂ ਉਹ ਪਾਉਂਦੇ ਨੇ ਭਾਨੇ ਸਿੱਧੂ ਨਹੀਂ, ਉਹ ਜੀ ਬਣਾ ਕੇ ਨਾ ਖੜ ਜਾਓ ਉਸਤਾਦ ਜੀ। ਰਾਤ ਨੂੰ ਜੇ ਘਰ ਚ ਦੁੱਧ ਆ, ਬਦਾਮ ਉਦਾਮ ਪਾ ਕੇ ਇੱਕ ਗਿਲਾਸ ਦੁੱਧ ਦਾ ਛਿੱਟੇ ਰੋਟੀ ਖਾਣ ਤੇ ਘੰਟਾ ਬਾਅਦ, ਉਹਦੇ ਬਾਅਦ ਲੜਾਈ ਕਰਾਉਂਦਾ, ਬਲੌਗ ਪੂਰਾ ਐਨ ਹੋਊਗਾ ਆਪਣਾ। ਬੈਟਰੀ ਕੱਢੀ ਆ ਸਾਲੀ ਇਹ, ਹੈ ਨਾ, ਹਰੇ ਹਜੇ ਚਾਚੇ ਚਾਰਜ ਨਹੀਂ ਕਰੀ ਹੋਈ ਇਹ। ਜਿਹੜੀਆਂ ਮੈਂ ਬਾਹਰ ਤੇ ਲਿਆ, ਜਿਹੜੀ ਬਾਹਰ ਤੇ ਲਿਆ ਤਾਂ ਦੋ ਤਿੰਨ ਕੁ ਸਾਲ ਕੱਢੇ ਉਹਨਾਂ ਨੇ ਤਾਂ ਨਾ, ਉਹ ਪਤਲੀ ਵਾਲੀ। ਹਾਂ ਉਹ ਤਾਂ ਸਾਲੇ ਖਰਾਬ ਹੋ ਗਏ, ਉਹਦੇ ਬੈਟਰੀ ਨਹੀਂ ਮਿਲਦੀ, ਬੈਟਰੀ ਨਹੀਂ ਮਿਲਦੀ ਚਾਚੇ ਯਾਰ ਉਹਦੀ, ਪਰ ਹੈ ਬਹੁਤ ਤਿੱਖੀ ਦੀ ਉਹ ਵੀ। ਕੈਮਰਾ ਪਿਆ ਮੇਰੇ ਕੋਲ ਬਾਹਰ ਤਾਂ ਮੁੜ ਕੇ, ਬੈਟਰੀ ਨਹੀਂ ਮਿਲੀ ਉਹਦੀ। ਕੈਮਰਾ ਹੈਗਾ ਬਹੁਤ ਕੰਮ ਦਾ। ਹਾਂ ਆ ਉਰੇ ਤੇ ਤੂੰ ਦੁਸਹਿਰਾ ਗਰਾਊਂਡ ਆ ਜਿਹੜਾ ਆਪਣਾ, ਹਾਂ ਉੱਥੇ ਤੇ ਫੋਟੋ ਖਿੱਚ ਕੇ ਐਨ ਕਲੀਅਰ ਕਰ ਲੈ, ਚਾਹੇ ਇੰਨੀ
ਸਕਦੀ ਹੈ ਫਲੈਸ਼ ਲਾਈਟ ਆ ਉਹਦੀ ਵਧੀਆ ਆ ਦੇਖੋ ਆ ਫਲੈਸ਼ ਲਾਈਟ ਖੜੀ ਹੈ ਇੱਕ ਉੱਪਰ ਉਹ ਤਾਂ ਉਹਦੇ ਚ ਜੇ ਜੀ ਮੋਬਾਈਲ ਚ ਨਹੀਂ ਬੈਟਰੀ ਪੈਂਦੀ ਇੰਨੀ ਹਾਂ ਹਾਂ ਉਹ ਪੈਂਦੀ ਆ ਸਾਲੀ 20 ਨੂੰ ਪੁੱਛ ਲਿਆ ਕੋ ਆਰਡਰ ਮਾਰ ਕੇ ਮੰਗਾ ਲਓ ਮਿਲ ਜੂਗਾ ਆਨਲਾਈਨ ਪੱਕੀ ਕਹਿਣਾ ਮਿਲ ਜਾਊਗਾ ਅੱਛਾ ਮੱਛਰ ਘਟ ਗਿਆ ਹੋਣਾ ਨਾ ਦੁਨੀਆ ਚ ਇਹ ਜੀ ਕੋਈ ਚੀਜ਼ ਨਹੀਂ ਹੈ ਕਿ ਜਿਹਦਾ ਇਲਾਜ ਨਹੀਂ ਹੈ ਨਾ ਇਲਾਜ ਤਾਂ ਹੈਗਾ ਫੇਰ ਮੈਨੂੰ ਗਿਫਟ ਦਿਆ ਦੀ ਬਾਹਰੋਂ ਆਇਆ ਦੀ ਬੰਦਾ ਅੱਛਾ ਕਹਿੰਦਾ ਲੈ ਤੇਰੇ ਜੋਗਾ ਲੈ ਗਿਆ ਮੈਂ ਕੀ ਕਰਨਾ ਲੈਪਟਾਪ ਲੈ ਲੈਣਾ ਤਾਂ ਯਾਰ ਮੈਂ ਕੀ ਕਰਨਾ ਦੀ ਜਿਹੜੀ ਚੀਜ਼ ਬੇਕਾਰ ਆ ਆਪਣੇ ਤੇ ਆਪਾਂ ਨੇ ਕਰ ਬੇਕਾਰ ਕਰਤੇ ਆ ਜੇਕਰ ਹੁਣ ਆਪਾਂ ਬੈਠੇ ਆਰਾਮ ਨਾਲ ਆਨਲਾਈਨ ਫਿਲਮਾਂ ਦੇਖੀ ਜਾਂਦੇ ਓਹੋ ਖਾਜ ਕਰੀ ਜਾਂਦਾ ਚਾਚਾ ਖਾਜ ਕਰੀ ਜਾਂਦਾ ਲਵਲੀ ਹੈ ਅੱਜ ਹਟਾ ਦਿੰਦੇ ਆ ਕੋਈ ਨਾ जिन्ने भी बैठे तुड़ी आले बैटरी दे तू पूरी ना ना ठीक है पाके रखो हुण तू उपर चल गया दोबारा के थले आ माल भी 6.5 किलो दा पै गया चेक कर ला लवली भाई सारे कितने ठीक आ दाने ना गिर जान कितने भी एन तो लवली दे काम होने ओके तो ओ ठीक है मेरे यार ओके ओके आ अभी ठीक है इन पहने हैं बस फते थोड़े दिखाई हां ठीक है सही है सही है हां भी ठीक है ठीक है हाँ जी भाई जी लो बढ़िया गया आ रह गए दो गेड़े तो ब्लॉग मैनू लगता पूरा हो गया तो आप हाँ जी वीरे सिंपल अज का ही ब्लॉग आप बनाया सीगा ते वधिया लग्या लाइक कर दो कमेंट कर दो लवली भाई उन्नी चाचा किवें लग्या थोनू भी जरूर दस्यो कमेंटा दे विच ते एवें ब्लॉग आउंदे रहणगे वाढ़ी अपनी होगी स्टार्ट तकरीबन अज आपां 9 किले वड्डे ने बई तो झाड़ भी घट ही लग रहा है सो बाकी अगले ब्लॉगों के जिम्मे अपने कंडा लग गया मैं उस हिसाब नाल थोनू दस दूंगा जिस दिन तूड़ी वाली मशीन भी असीं कलू चलाउणी आ तो वह भी थोड़ा मैं दसदा जल्दी ओके थैंक यू जी जिन्होंने चैनल में सबसक्राइब नहीं कराया सबसक्राइब जरूर कर लो।